ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਜੀ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ। ਅੱਜ ਅਸੀਂ ਜਾ ਰਹੇ ਹਾਂ ਜੀ ਮਾਲਪੁਰ, ਤੂਤ ਮਜਾਰਾ ਪਿੰਡ ਹੈ, ਤੂਤ ਮਜਾਰਾ ਪਿੰਡ, ਹਾਂਜੀ ਮਾਲਪੁਰ ਦੇ ਲਾਗੇ। ਅਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਜੀ। ਅਤੇ ਦਿਨ ਦਾ ਸਮਾਂ ਜੀ 11 ਵੱਜ ਚੁੱਕੇ ਹੋਏ ਨੇ। ਕੀਰਤਨ ਦਾ ਕਿੰਨੇ ਵਜੇ ਸਮਾਂ? 1 ਵਜੇ। 1 ਵਜੇ ਸਮਾਂ ਜੀ। ਅਤੇ ਇੱਥੋਂ ਦੀ ਆਪਾਂ ਪਹਿਲਾਂ ਜਾਵਾਂਗੇ ਜੀ ਕਿਸੇ ਦੇ ਘਰ। ਅਤੇ ਸਾਡੇ ਨਾਲ ਇੱਕ ਜਿਹੜਾ ਸਾਡਾ ਕਦੇ ਕਦੇ ਚੌਥਾ ਸਾਥੀ ਹੁੰਦਾ ਅੰਮ੍ਰਿਤਪਾਲ ਸਿੰਘ, ਅੱਜ ਉਹਦੇ ਘਰ ਅਸੀਂ ਪਹਿਲਾਂ ਜਾਵਾਂਗੇ। ਉੱਥੇ ਪਾਣੀ ਪੂਣੀ ਛਕਾਂਗੇ, ਚਾਹ ਤਾਣੀ ਮੈਂ ਛਕਣੀ। ਅਤੇ ਬਾਅਦ ਵਿੱਚ ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਣਾ ਕਰਕੇ, ਅਤੇ ਫਿਰ ਉਸ ਤੋਂ ਬਾਅਦ ਕੀਰਤਨ ਕਰਾਂਗੇ ਜੀ। ਸੋ ਇਹ ਅਪਡੇਟ ਹੈ। ਕੱਲ੍ਹ ਸਾਡਾ ਬੰਦੇ ਦਾ ਐਕਸੀਡੈਂਟ ਹੋਣ ਲੱਗਾ ਸੀਗਾ, ਦੱਸੋ ਜੀ ਕਹਾਣੀ ਕੀ ਹੋਈ। ਕਹਾਣੀ ਇੱਦਾਂ ਹੈ ਕਿ ਆਹ ਇੱਕ ਡਿਵਾਈਡਰ ਹੁੰਦਾ ਨਾ ਜਿਹੜਾ, ਔਰ ਇਹ ਆਹ ਵਿੱਚ ਇਹਦੇ ਨਾਲ ਨਾਲ ਮੈਂ ਜਾ ਰਿਹਾ ਸੀ ਸਕੂਟਰ 'ਤੇ, ਅਤੇ ਉਹ ਮੇਰੇ ਪੈਰਲਲ ਇੱਕ ਆਟੋ ਆ ਗਿਆ, ਅਤੇ ਉਹਨੇ ਪਤਾ ਨਹੀਂ ਉਹਨੇ ਸੱਜਾ ਨਹੀਂ ਵੇਖਿਆ ਖੱਬਾ ਨਹੀਂ ਵੇਖਿਆ, ਉਹਨੇ ਮੈਨੂੰ ਦੱਬ ਦਿੱਤਾ ਅੰਦਰ ਡਿਵਾਈਡਰ ਵਾਲੇ ਪਾਸੇ। ਅੱਛਾ, ਅੱਗੇ ਟੋਆ ਆ ਗਿਆ ਸੀ, ਉਹਨੇ ਇਹ ਨਹੀਂ ਕਿ ਮੈਂ ਸੱਜਾ ਖੱਬਾ ਵੇਖਾਂ ਕਿ ਟੋਆ ਦੇ ਟੋਏ ਦੇ ਉੱਪਰ ਦੀ ਕੱਢ ਲਈਏ ਜਾਂ ਲੈਫਟ ਕੱਢ ਲਈਏ ਇੱਧਰ ਗੱਡੀ ਆਈ ਵੀ ਇੱਧਰ ਜਾ ਰਿਹਾ ਤੂੰ। ਹਾਂ, ਉਹਨੇ ਇਹ ਨਹੀਂ ਵੇਖਿਆ, ਕੋਈ ਪਰਵਾਹ ਹੀ ਨਹੀਂ ਉਹਨੂੰ, ਉਹਨੇ ਬਸ ਦੱਬ ਦਿੱਤਾ, ਬਸ ਮਾਲਕ ਨੇ ਬਚਾਇਆ। ਇਹ ਬਹੁਤਾਤ ਆਟੋ ਵਾਲੇ ਇੱਦਾਂ ਹੀ ਕਰਦੇ ਆ, ਨਾ ਉਹਨਾਂ ਦੇ ਕੋਈ ਸ਼ੀਸ਼ਾ ਲੱਗਾ ਹੁੰਦਾ ਅਤੇ ਨਾ ਹੀ ਕੋਈ ਗੱਲਬਾਤ, ਨਾ ਹੀ ਕੋਈ ਰੂਲਸ ਵਗੈਰਾ। ਬਹੁਤਾਤ ਦੀ ਗੱਲ ਕਰ ਰਿਹਾ ਮੈਂ, ਇਹੀ ਹਾਲ ਹੈ ਉਹ ਜੇ ਸਵਾਰੀ ਦੇਖਣੀ ਚਾਹੀਦੀ ਹੈ। ਹਾਂ, ਬਹੁਤ ਬ੍ਰੇਕ ਲਾਣੇ ਕਿਤੇ ਕਰ, ਬਹੁਤ ਰੇਅਰ ਹੁੰਦੇ ਜਿਨ੍ਹਾਂ ਨੂੰ ਮਾੜੀ ਮੋਟੀ ਇਸ ਗੱਲ ਦੀ ਸਮਝ ਹੁੰਦੀ ਹੈ ਰੂਲਸ ਦੀ। ਨਹੀਂ ਤਾਂ ਬਹੁਤਾਤ ਕੁਛ ਇੱਦਾਂ ਦੇ ਹੁੰਦੇ, ਉਹਨਾਂ ਨੂੰ ਬਸ ਇਹ ਹੁੰਦਾ ਵੀ ਸਵਾਰੀ ਚੁੱਕ ਲਈਏ। ਹਾਂ, ਸੜਕ 'ਤੇ ਕੋਈ ਸਕੂਟਰ ਵਾਲਾ ਜਾ ਰਿਹਾ ਕੋਈ ਕੀ ਹੈ, ਅਤੇ ਬਸ ਉਹਨਾਂ ਨੇ ਮਾਰਦੇ ਜਾਣਾ ਸਭ ਨੂੰ, ਅਤੇ ਇਹ ਬੜਾ ਦੁਖਾਂਤ ਹੈ। ਇਹ ਅਵੇਅਰਨੈਸ ਹੋਣੀ ਬੜੀ ਜ਼ਰੂਰੀ ਹੈ ਕਿ ਮਿਰਰ ਜ਼ਰੂਰ ਯੂਜ਼ ਕਰਨੇ ਚਾਹੀਦੇ ਆ ਗੱਡੀ ਚਲਾਉਣ ਵੇਲੇ। ਅਤੇ ਕਈ ਗੱਡੀਆਂ ਵਾਲੇ ਵੀ ਜਿਹੜੇ ਹੁੰਦੇ ਨੇ ਨਾ, ਉਹਨਾਂ ਨੇ ਸਾਈਡ ਮਿਰਰ ਬੰਦ ਹੀ ਕੀਤੇ ਹੁੰਦੇ ਆ, ਪਤਾ ਨਹੀਂ ਕਿੱਦਾਂ ਚਲਾ ਲੈਂਦੇ, ਪਤਾ ਨਹੀਂ, ਸਮਝ ਨਹੀਂ ਆਉਂਦੀ ਇਹ ਗੱਡੀ ਚਲਾਉਣੀ ਤਾਂ ਬਹੁਤ ਔਖੀ ਸਾਈਡ ਮਿਰਰ ਤੋਂ ਬਗੈਰ। ਉੱਤੋਂ ਜਿੱਦਾਂ ਦਾ ਟ੍ਰੈਫਿਕ ਵੱਧਦਾ ਜਾ ਰਿਹਾ, ਜੇ ਤੁਹਾਡੇ ਸਾਈਡ ਮਿਰਰ ਅਤੇ ਆਹ ਜਿਹੜਾ ਸੈਂਟਰ ਵਾਲਾ ਮਿਰਰ ਇਹਨੂੰ ਯੂਜ਼ ਨਹੀਂ ਕਰੋਗੇ ਤਾਂ ਫਿਰ ਚੱਲ ਨਹੀਂ ਸਕਦੀ ਗੱਡੀ, ਗੱਡੀ ਚੱਲ ਨਹੀਂ ਸਕਦੀ। ਤੁਸੀਂ ਆਪਣਾ ਵੀ ਨੁਕਸਾਨ ਕਰੋਗੇ, ਤੁਸੀਂ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਹੋ। ਸਹੀ ਗੱਲ। ਸੋ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਕਰੋ ਵੀ ਜਿੰਨਾ ਆਪਾਂ ਰੂਲਸ ਨੂੰ ਫੋਲੋ ਕਰੀਏ, ਆਪਣੀ ਗੱਡੀ ਨੂੰ ਅਪ ਟੂ ਡੇਟ ਰੱਖੀਏ, ਨਾਲ ਦੇ ਸ਼ੀਸ਼ੇ ਵਗੈਰਾ ਜ਼ਰੂਰ ਖੋਲੀਏ। ਜੇ ਆਪਾਂ ਲੈਫਟ ਲੈਣਾ ਰਾਈਟ ਲੈਣਾ ਪਹਿਲਾਂ ਸ਼ੀਸ਼ੇ ਵਿੱਚ ਦੇਖਣਾ ਜ਼ਰੂਰੀ ਹੈ, ਇੰਡੀਕੇਟਰ ਦੇਣਾ ਜ਼ਰੂਰੀ ਹੈ। ਇਹ ਛੋਟੇ ਛੋਟੇ ਰੂਲਸ ਹੁੰਦੇ ਜਿਹਦੇ ਨਾਲ ਤੁਹਾਡੀ ਆਪਣੀ ਜਾਨ ਬਚ ਸਕਦੀ ਹੈ, ਹੋਰਾਂ ਦੀ ਜਾਨ ਤੁਸੀਂ ਬਚਾ ਸਕਦੇ ਹੋ, ਅਤੇ ਤੁਹਾਡੀ ਇੱਕ ਗਲਤੀ ਨਾਲ ਪਤਾ ਨਹੀਂ ਕਿਸੇ ਹੋਰ ਦੀ ਵੀ ਮੌਤ ਹੋ ਸਕਦੀ ਹੈ ਐਕਸੀਡੈਂਟ ਦੇ ਵਿੱਚ, ਇਹ ਜ਼ਰੂਰੀ ਨਹੀਂ ਹੈ। ਅਤੇ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਥੋੜ੍ਹੇ ਛੋਟੇ ਛੋਟੇ ਰੂਲਸ ਵੀ ਅਗਰ ਤੁਸੀਂ ਫੋਲੋ ਕਰਨੇ ਸ਼ੁਰੂ ਕਰ ਦਿਓ ਤਾਂ ਕਿੰਨਾ ਉਹ ਸਾਰਾ ਔਰਗਨਾਈਜ਼ ਹੋ ਜਾਏਗਾ ਸਾਰਾ ਟ੍ਰੈਫਿਕ। ਆਪਣੀ ਲੇਨ ਦੇ ਵਿੱਚ ਚਲੋ, ਅਤੇ ਸਾਈਡ ਮਿਰਰ ਜ਼ਰੂਰ ਦੇਖੋ, ਇੰਡੀਕੇਟਰ ਦਿਓ, ਜਿੱਥੇ ਡਿੱਪਰ ਦੇਣ ਦੀ ਲੋੜ ਹੈ ਡਿੱਪਰ ਦਿਓ, ਹਾਈ ਬੀਮ ਲਾਈਟ ਨਾ ਰੱਖੋ, ਰਾਤ ਨੂੰ ਲੋ ਬੀਮ ਰੱਖੋ, ਉਹਦੇ ਨਾਲ ਸਾਹਮਣੇ ਆਉਣ ਜਾਣ ਵਾਲਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਰਸਤਾ ਕਿੱਥੇ ਹੈ। ਕਈ ਵਾਰ ਸਿੰਗਲ ਰੋਡ ਹੁੰਦੀ ਹੈ ਅਤੇ ਅਸੀਂ ਹਾਈ ਬੀਮ ਕਿੱਥੇ ਹੁੰਦੇ ਹੈ ਜੀ, ਬਿਲਕੁਲ ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ, ਇਹ ਜ਼ਰੂਰੀ ਨੋਟ ਕਰਨ ਵਾਲੀਆਂ ਗੱਲਾਂ ਨੇ। ਸਾਡੇ ਇੰਡੀਆ ਦੇ ਵਿੱਚ ਜਿਹੜੇ ਰੋਜ਼ਾਨਾ ਇੰਨੇ ਐਕਸੀਡੈਂਟ ਹੁੰਦੇ, ਉਹਦਾ ਰੀਜ਼ਨ ਇਹੀ ਹੈ ਕਿ ਸਾਨੂੰ ਰੂਲਸ ਦਾ ਨਹੀਂ ਪਤਾ। ਤੇ ਜ਼ਰੂਰ ਹੈਗਾ ਸਾਰਾ ਕੁਝ ਭਾਈ ਸਾਹਿਬ, ਹੈਗਾ ਸਾਰਾ ਕੁਝ, ਲਿਖਿਆ ਹੋਇਆ ਲੇਨਸ ਵੀ ਹੈ, ਸਾਈਨ ਬੋਰਡ ਵੀ ਲੱਗੇ ਹੋਏ ਆ, ਪਰ ਫੋਲੋ ਨਹੀਂ ਕਰਦੇ। ਹਾਂ, ਲੋ ਜੀ ਪਹੁੰਚ ਗਏ ਆ ਮਾਲਪੁਰ ਦੀ, ਪਹੁੰਚ ਗਏ ਸੜਕਾਂ ਤੇ, ਮਾਲਪੁਰ ਕੇ ਬਾਜ਼ਾਰ ਮੈਂ ਪਹੁੰਚ ਚੁੱਕੇ ਹਾਂ। ਹਾਂਜੀ, ਅੰਮ੍ਰਿਤਾ ਘਰ ਇੱਥੇ ਲੱਗ ਗਈ ਹੈ ਜੀ, ਉੱਥੇ ਜਾ ਰਹੇ ਹਾਂ ਹੁਣ ਅਸੀਂ। ਇਹ ਨੇ ਸਾਡੇ ਅੰਮ੍ਰਿਤ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਹਾਲ ਚਾਲ ਹੈ? ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚ ਗਏ ਹਾਂ ਜੀ ਮਾਲਪੁਰ,
ਸਾਡਾ ਪੁਰਾਣਾ ਸਾਥੀ ਹੈ ਜੀ, ਬੜਾ ਪੁਰਾਣਾ ਸਾਡੇ ਨਾਲ, ਘੱਟੋ ਘੱਟ ਜਥਾ ਬਣਾਇਆ ਉਸ ਤੋਂ ਪਹਿਲਾਂ ਦਾ ਜੀ, ਅੰਮ੍ਰਿਤਪਾਲ ਸਿੰਘ, ਤੁਸੀਂ ਸਾਰੇ ਜਾਣਦੇ ਹੋ ਇਹਨੂੰ। ਅਤੇ ਅੱਜ ਅੰਮ੍ਰਿਤਪਾਲ ਦੇ ਘਰ ਚਾਹ ਪਾਣੀ ਅਸੀਂ ਛਕਣ ਲਈ ਬੈਠੇ ਹੋਏ ਹਾਂ ਜੀ, ਅਤੇ ਚਾਹ ਅਸੀਂ ਛੱਕ ਲਈ ਹੋਈ ਹੈ, ਅਤੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਕੀਰਤਨ 'ਤੇ। ਇੱਧਰ ਵੀ ਭਾਜੀ ਵੱਲ ਦਿਖਾਓ, ਇਹ ਸਾਰਾ ਪਰਿਵਾਰ ਬੜਾ ਹੀ ਪਿਆਰ ਵਾਲਾ ਜੀ, ਸ਼ੁਰੂ ਤੋਂ ਹੀ ਬਹੁਤ ਦਾਸਰਿਆਂ ਨਾਲ ਪਿਆਰ ਕਰਦੇ ਆ। ਅਤੇ ਕਾਫੀ ਟਾਈਮ ਬਾਅਦ ਆਏ ਹਾਂ ਅਸੀਂ ਇੱਥੋਂ, 2 ਸਾਲ ਬਾਅਦ ਆਏ ਹਾਂ ਜੀ ਅਸੀਂ ਇਹਨਾਂ ਦੇ ਘਰ, ਅਤੇ ਚੰਗਾ ਲੱਗਾ ਜੀ। ਚਾਹ ਪਿਲਾਈ ਹੈ ਅੰਮ੍ਰਿਤਪਾਲ ਨੇ, ਬਹੁਤ ਮਿਹਰਬਾਨੀ ਇਹਨਾਂ ਦੀ। ਅਤੇ ਹੁਣ ਅਸੀਂ ਜਾਂਦੇ ਹਾਂ ਜੀ ਅੱਗੇ ਕੀਰਤਨ 'ਤੇ, ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਆਹ ਦੇਖੋ ਪਿੰਡ ਦਾ ਕਿੰਨਾ ਸੋਹਣਾ ਮਾਹੌਲ ਹੈ ਇਹ, ਆਹ ਵੇਖੋ ਹਰਿਆ ਭਰਿਆ ਫਰੈਸ਼ ਟੋਕਾ। ਦੇਖੋ ਜੀ ਪਿੰਡਾਂ ਦੇ ਵਿੱਚ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਦੁਕਾਨਾਂ ਲੱਗਦੀਆਂ ਹੁੰਦੀਆਂ, ਇਹਨੂੰ ਕੀ ਕਹਿੰਦੇ ਆ, ਖੰਡ ਦੇ ਖਡੌਣੇ ਨਹੀਂ, ਆ ਖਡੌਣਾ ਥੋੜਾ ਕਾਟਨ ਕੈਂਡੀ, ਕਾਟਨ ਕੈਂਡੀ ਹੈ ਪਰ ਅੱਛਾ ਠੀਕ ਨਹੀਂ, ਪੂਰਾ ਨਹੀਂ ਆਉਂਦਾ ਥੋੜਾ। ਗਗਨਦੀਪ ਸਿੰਘ ਬਾਪੂ ਜੀ ਨੂੰ ਅੱਡੇ ਤੱਕ ਛੱਡਣਾ ਜੀ ਅਸੀਂ ਮਾਲਪੁਰ, ਆ ਜਾਓ ਬਹਿ ਗਏ ਜੀ, ਕੋਈ ਗੱਲ ਨੀ ਕੋਈ ਗੱਲ ਨੀ। ਸੋ ਜੀ ਕੀਰਤਨ ਕਰਕੇ ਬੜਾ ਆਨੰਦ ਆਇਆ ਜੀ, ਸੰਗਤ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ, ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਵਾਪਸ ਜਲੰਧਰ ਨੂੰ, ਅਤੇ ਬਜ਼ੁਰਗਾਂ ਨੂੰ ਅਸੀਂ ਰਾਹ 'ਚ ਉਤਾਰ ਦੇਣਾ। ਬਜ਼ੁਰਗ ਕਿੱਥੇ ਉਤਰਨਾ ਤੁਸੀਂ? ਮਾਲਪੁਰ, ਅੱਛਾ ਠੀਕ ਹੈ ਜੀ। ਸੋ ਮਾਲਪੁਰ ਅਸੀਂ ਬ੍ਰੇਕ ਇੱਕ ਲਗਾ ਕੇ ਜੀ ਫਿਰ ਅਸੀਂ ਅੱਗੇ ਜਾਂਦੇ ਹਾਂ ਜੀ।
ਕਿੱਥੇ ਬੱਸ ਕੱਢਦੀ ਨਾ ਹਾਂਜੀ ਨਵੇਂ ਸ਼ਹਿਰ ਵਾਲੀ ਕਿਆ ਕਿੱਥੇ ਆ ਜਿੱਥੇ ਹੁਕਮ ਕਰੋਗੇ ਲਾ ਦਾਂਗੇ ਜਿੱਥੇ ਆ ਜੀ ਕਹੋਗੇ ਦੱਸ ਦਿਓ ਜੀ ਸਿੱਧਾ ਰੋਡ ਤੋਂ ਲਾ ਜੀ ਕੋਈ ਨਹੀਂ ਚਲੋ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਮਿਹਰਬਾਨੀ ਮਾਤਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜੀ ਅਸੀਂ ਅੱਧਾ ਰਸਤਾ ਕਰੋਸ ਕਰ ਲਿਆ ਹੋਇਆ ਡਰਾਈਵਿੰਗ ਸੀਟ ਤੇ ਦਾਸ ਆ ਚੁੱਕੇ ਹੋਏ ਨੇ ਮੈਂ ਸੋਚ ਰਿਹਾ ਸੀਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਅਸੀਂ ਕਾਫੀ ਬਿਜ਼ੀ ਹੋਣਾ ਤੇ ਸਫ਼ਰ ਤੇ ਜ਼ਿਆਦਾ ਹੋਵਾਂਗੇ ਆਪਾਂ ਯਾਰ ਗੱਡੀ 'ਚ ਕੁਛ ਰੱਖ ਲਈਏ ਅਮਨਜੋਤ ਸਿੰਘ ਮੈਂ ਕੋਈ ਨਹੀਂ ਭਾਜੀ ਲੈ ਕੇ ਆਉਂਦਾ ਥੋੜ੍ਹੀ ਬਹੁਤ ਰਸਦ ਮਹਾਰਾਜ ਆਪਾਂ ਰੱਖਦੇ ਹਾਂ ਗੱਡੀ 'ਚ ਕਾਂ ਟਾਈਮ ਭਾਜੀ ਰਸਤ ਯਾਰ ਕੁਛ ਨਾ ਸਖ਼ਤ ਜਿਹਾ ਨਾ ਰੱਖਿਓ ਨਰਮ 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 ਜਿਹਾ ਰੱਖਿਓ ਕੁਛ ਨਰਮ ਨਰਮ ਚਿਵੜੇ ਨਹੀਂ ਨਹੀਂ ਹਾਂਜੀ ਉਹ ਚੱਲਣਗੇ ਭਾਜੀ ਆਪਣਾ ਥਰਮੋਕੂਲ ਦੇ ਸ਼ੱਕਰ ਬਾਰੇ ਥਰਮੋਕੋਲ ਦੇ ਕਿਹੜੇ ਸ਼ੱਕਰ ਬਾਰੇ ਉਸ ਤੋਂ ਨਰਮ ਤੇ ਕੁਛ ਹੋ ਨਹੀਂ ਸਕਦਾ ਮਹਾਰਾਜ ਹੁਣ ਉਹੀ ਬਣਵਾਉਣੇ ਪੈਣੇ ਲਓ ਜੀ ਜੱਪ ਤਾਂ ਲੈਣੇ ਲੰਘਣੇ ਨਹੀਂ ਅੰਦਰ ਨੂੰ ਸਾਧ ਸੰਗਤ ਜੀ ਉਹ ਆਹ ਨਵੀਂ ਚੀਜ਼ ਆਈ ਹੈ ਨਵੀਂ ਡਿਸ਼ ਇਨਗਰੀਐਂਟ ਨੋਟ ਕਰਿਓ ਥਰਮੋਕੋਲ ਦੇ ਸ਼ੱਕਰ ਬਾਰੇ ਉਸ ਤੋਂ ਨਰਮ ਕੁਝ ਨਹੀਂ ਹੋ ਸਕਦਾ ਵਾਹ 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 ਮਨਜੋਤ ਸਿੰਘ ਕੈਸੀ ਚੀਜ਼ ਕੱਢੀ ਹੈ ਇਹਦੇ ਲਈ ਇੱਕ ਤਾਂ ਲਾਇਕ ਬਣਦਾ ਹੈ ਹਨਾ ਕੁਝ ਜ਼ਬਰਦਸਤ ਜਿਹਾ ਹੈ ਥਰਮੋਕੋਲ ਦੇ ਸ਼ੱਕਰ ਪਾ ਰਹੇ ਮੈਂ ਕਹਿਣਗੇ ਸ਼ਰਮੋਕੋਲ ਦੇ ਥੱਕਰ ਪਾ ਰਹੇ ਇਹ ਹੋਰ ਨਵਾਂ ਹੋਇਆ ਕੰਮ ਸ਼ਰਮੋਕੋਲ ਦੇ ਥੱਕਰ ਪਾ ਰਹੇ ਸ਼ਰਮੋਕੋਲ ਦੇ ਥੱਕੜ ਪਾੜੇ ਕੀ ਬੋਲੀ ਜਾ ਰਹੇ ਹੋ ਆਹੋ ਡਰਾਈਵਿੰਗ ਵੇਲੇ ਇੱਧਰ ਬੋਲਣਾ ਹੁੰਦਾ ਮੈਂ ਥੋੜ੍ਹਾ ਜਿਹਾ ਆਹ ਕੁਛ ਖਾਣ ਨੂੰ ਚਾਹੀਦਾ ਤੁਸੀਂ ਸਾਨੂੰ ਦੱਸੋ ਵੀ ਅਸੀਂ ਗੱਡੀ 'ਚ ਕੀ ਰੱਖੀਏ ਖਾਣ ਨੂੰ ਜਿਹੜਾ ਹੈਲਦੀ ਵੀ ਹੋਵੇ ਅਤੇ ਜਿਹੜਾ ਮਹਾਰਾਜ ਜੀ ਮਜ਼ਾਕ ਦੀ ਗੱਲ ਮਜ਼ਾਕ 'ਚ ਰਹੀ ਆਪਾਂ ਗੁੜ ਅਤੇ ਛੋਲੇ ਆਪਾਂ ਬਹੁਤ ਉੱਧਰ ਹੋ ਗਈ ਗੱਡੀ 'ਚ ਰੱਖੇ ਨੇ ਗੁੜ ਛੋਲੇ ਸਭ ਤੋਂ ਵਧੀਆ ਚੀਜ਼ ਜਿਹੜੀ ਆ ਹਾਂ ਕਮੈਂਟ ਦੇ ਵਿੱਚ ਦੱਸੋ ਹੋਰ ਕੀ ਚਾਹੀਦਾ ਜਿਹੜਾ ਅਸੀਂ ਗੱਡੀ 'ਚ ਰੱਖ ਕੇ ਖਾ ਸਕੀਏ ਕਿਉਂਕਿ ਖਾਣਾ ਬਹੁਤ ਜ਼ਰੂਰੀ ਹੈ ਅਤੇ ਥੋੜ੍ਹਾ ਬਹੁਤਾ ਖਾਂਦੇ ਰਹਿਣਾ ਚਾਹੀਦਾ ਹੈ ਫਿਰ ਸਫ਼ਰ ਵੀ ਹੁੰਦਾ ਰਹਿੰਦਾ ਥੋੜ੍ਹਾ ਜਿਹਾ ਫ੍ਰੀਕੁਐਂਟ ਫੂਡ ਵਧੀਆ ਹੁੰਦਾ ਹਾਂ ਥੋੜ੍ਹਾ ਥੋੜ੍ਹਾ ਖਾਓ ਜ਼ਿਆਦਾ ਨਾ ਖਾਓ ਜ਼ਿਆਦਾ ਖਾਓਗੇ ਤਾਂ ਨੀਂਦ ਆਏਗੀ ਜੇ ਘੱਟ ਖਾਓਗੇ ਤਾਂ ਸਫ਼ਰ ਚੱਲਦਾ ਰਹੇਗਾ ਤੁਹਾਡਾ ਸੋ ਥਰਮੋਕੋਲ ਦੇ ਸ਼ੱਕਰ ਬਾਰੇ ਇਹ ਜ਼ਰੂਰ ਅਸੀਂ ਕੰਸੀਡਰ ਕਰਾਂਗੇ ਤਰੋ ਤਾਜ਼ਾ ਰੱਖਾਂਗੇ ਗੱਡੀ ਵਾਸਤੇ ਵਾਹ ਵਾਹ ਲੈ ਉਹ ਫੜਾ ਗੁੜ